ਜਿਨ੍ਹਾਂ ਨੂੰ ਮਹਾਰਾਜ ਨੇ ਸਮਤ ਦਿੱਤੀ ਆ, ਅਕਲ ਦਿੱਤੀ ਆ, ਉਹ ਦੂਜਿਆਂ ਦੀ ਬਾਂਹ ਫੜਨ ਦੀ ਕੋਸ਼ਿਸ਼ ਕਰੋ। ਸੁਖ ਜੌਲ ਵਰਗੇ ਦੀਆਂ ਗੱਲਾਂ ਕਰਿਆ ਕਰੋ, ਗੱਲਾਂ ਕਰਨੀਆਂ ਤੇ ਪਿੰਕੇ ਜਿਰਗ ਵਾਲੇ ਦੀਆਂ ਗੱਲਾਂ ਕਰਿਆ ਕਰੋ। ਤੁਹਾਡੇ ਲਾਗੇ ਹੀ ਆ ਜੱਸਾ ਪੱਟੀ, ਉਸ ਬੰਦੇ ਦੀ ਗੱਲ ਕਰ ਲਿਆ ਕਰੋ। ਉਸ ਬੰਦੇ ਨੂੰ ਮੈਂ ਕਈ ਵਾਰੀ ਸਟੇਜਾਂ ਤੇ ਬੋਲਿਆ, ਸਿਰ ਝੁਕਦਾ ਭਾਈ। ਪਰ ਚੰਗੇ ਲੋਕਾਂ ਦੀ ਗੱਲ ਘੱਟ ਕਰਦੇ ਆ ਅਸੀਂ, ਆਪਣੇ ਮਾੜੇ ਪੁਆਇੰਟ ਲੋਕਾਂ ਨੂੰ ਜ਼ਿਆਦਾ ਦੱਸੀ ਜਾਂਦੇ। ਬਾਦਲ ਹੋਣੀ ਆ ਖਾ ਗਏ, ਕੈਪਟਨ ਹੋਣੀ ਆ ਖਾ ਗਏ, ਭਗਵੰਤ ਮਾਨ ਆ ਖਾ ਗਿਆ, ਆ ਵੋਟਾਂ ਲੰਘੀਆਂ ਹੀ ਆ ਨਾ। ਚੰਗੇ ਭਲੇ ਬੰਦਿਆਂ ਨੇ ਵੋਟਾਂ ਪਾਉਣ ਵਾਸਤੇ ਨਸ਼ੇੜੀਆਂ ਨੂੰ 500-500 ਰੁਪਈਆ ਦੇ ਕੇ ਕਿਹਾ ਵੀ ਟੀਕਾ ਲਾਓ ਤੇ ਵੋਟ ਸਾਨੂੰ ਪਾ ਗਿਆ, ਨਾਲ ਫੋਟੋ ਖਿੱਚੀ ਲਿਆਓ ਆਉਣ ਲੱਗਿਆ। ਅਸੀਂ ਆਨੇ ਸਾਡੇ 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 ਕਰਕੇ ਅਸੀਂ ਜੜੀ ਤੇਲ ਦਵਾ ਲਿਆ ਆਪਣੀ ਇਹਨਾਂ ਦੇ ਕੋਲ। ਆ ਮੈਂ ਬਹੁਤੇ ਗੁਰਦੁਆਰਿਆਂ 'ਚ ਵੇਖਿਆ, ਬਹੁਤੇ ਪ੍ਰਬੰਧਾਂ 'ਚ ਜਾ ਕੇ ਵੇਖਿਆ ਕਿ ਨੌਜਵਾਨ ਮੁੰਡੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਜਾਂ ਕੇਸ ਨਹੀਂ ਰੱਖੇ, ਜਦੋਂ ਤੇ ਉਹਨਾਂ ਕੋਲ ਲੈਣੀਆਂ ਗਰਾਈਆਂ, ਪਾ 5500, ਪਾ 11000, ਪਾ 31000 ਉਹਨੇ ਦੇ ਦਿੱਤੇ, ਤੇ ਜਿਹਨੇ ਆਖਿਆ ਵੀ ਮੇਰੀ ਵੀ ਕੋਈ ਸਲਾਹ ਲਓ, ਤੈਨੂੰ ਬੜਾ ਪਤਾ ਘੋਣ ਮੋਣ ਜਾ ਮੂੰਹ ਸਾਂਭ ਜਾ ਕੇ। ਆ ਵੋਟਾਂ ਲੰਘੀਆਂ ਹੀ ਆ ਨਾ, ਮੈਂ ਉਹ ਵੀ ਬੰਦੇ ਜਾਣਦਾ ਕਿਉਂਕਿ ਸਾਡਾ ਵੀ ਇੱਕ ਸਰਕਲ ਆ, ਖਬਰ ਕਿਤੇ ਨਾ ਕਿਤੇ ਕੋਈ ਕੱਢ ਕੇ ਫੜਾ ਦਿੰਦਾ। ਚੰਗੇ ਭਲੇ ਬੰਦਿਆਂ ਨੇ ਵੋਟਾਂ ਪਾਉਣ ਵਾਸਤੇ ਨਸ਼ੇੜੀਆਂ ਨੂੰ 500-500 ਰੁਪਈਆ ਦੇ ਕੇ ਕਿਹਾ ਵੀ ਟੀਕਾ ਲਾਓ ਤੇ ਵੋਟ ਸਾਨੂੰ ਪਾ ਗਿਆ, ਨਾਲ ਫੋਟੋ ਖਿੱਚੀ ਲਿਆਓ ਆਉਣ ਲੱਗਿਆ। ਅਸੀਂ ਆਨੇ ਸਾਡੇ 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 ਕਰਕੇ ਅਸੀਂ ਜੜੀ ਤੇਲ ਦਵਾ ਲਿਆ ਆਪਣੀ ਇਹਨਾਂ ਦੇ ਕੋਲ। ਤੁਹਾਡਾ ਕੋਈ ਨਹੀਂ, ਤੁਹਾਡੇ ਆਪਣੇ, ਤੁਸੀਂ ਤੁਸੀਂ ਜੇ ਆਪਣਾ ਆਪ ਸਾਂਭ ਲਿਆ ਤੇ ਸਮਝ ਲਓ ਵੀ ਤੁਸੀਂ ਸਾਰਾ ਕੁਝ ਹੀ ਸਾਂਭ ਲਿਆ। ਤੇ ਦੂਜੀ ਬੇਨਤੀ ਇਹ, ਜਿਹਦਾ ਬੱਚਾ, ਜਿਹਦਾ ਭਰਾ, ਜਿਹਦਾ ਪੁੱਤ ਕਿਰਾਏ ਪੈ ਗਿਆ ਨਾ, ਉਹਦੇ ਨਾਲ ਥੋੜਾ ਹੱਲੀ ਮੀਨਾ ਪੇਸ਼ ਆਇਆ ਕਰੋ। ਜਿਹੜੇ ਬਚੇ ਆ, ਵਿਗੜਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਗੁਰੂ ਨਾਨਕ ਵਿਗੜਿਆਂ ਕੋਲ ਜਾ ਕੇ ਬੈਠਾ ਵਾ। ਸੱਜਣ ਠੱਗ ਵਿਗੜਿਆ ਹੀ ਸੀ ਨਾ, ਵਿਗੜਿਆ ਹੀ ਸੁਧਾਰਿਆ ਜਾ ਕੇ। ਕੌਡਾ ਰਾਕਸ਼ ਵੀ ਵਿਗੜਿਆ ਹੀ ਨਾ, ਵਿਗੜਿਆ ਹੀ ਸੁਧਾਰਿਆ। ਜਿਹਨਾਂ ਨੂੰ ਅਸੀਂ ਅੱਜ ਨਸ਼ੇੜੀ ਕਹਿੰਦੇ ਹਾਂ ਜਾਂ ਵਿਗੜੇ ਕਹਿੰਦੇ, ਉਹ ਹੈ ਤੇ ਸਾਡੇ ਆਪਣੇ ਹੀ ਨਾ, ਸਾਡੇ ਹੀ ਭਰਾ ਵਾ, ਸਾਡੇ ਹੀ ਬੱਚੇ ਆ, ਸਾਡੇ ਹੀ ਪੋਤੇ ਆ, ਸਾਡਾ ਹੀ ਸਾਰਾ ਕੁਝ ਆ। ਤੇ ਯਾਦ ਰੱਖੋ, ਜਦੋਂ ਸਰੀਰ ਤੇ ਫੋੜਾ ਹੋ ਜਾਵੇ ਨਾ ਕਿਸੇ ਅੰਗ ਤੇ, ਉਹਦਾ ਇਲਾਜ ਕਰੀਦਾ ਵਾ, ਬਾਂਹ ਨਹੀਂ ਕੱਟੀਦੀ। ਜੇ ਸਾਡਾ ਅੰਗ ਵਿਗੜ ਗਿਆ ਵਾ ਤੇ ਉਹਨੂੰ ਸੁਧਾਰਨਾ ਵੀ ਤੇ ਤੁਹਾਡੀ ਜ਼ਿੰਮੇਵਾਰੀ ਆ, ਸੁਧਾਰ ਲਓ ਜੇ ਸੁਧਾਰੇ ਜਾਂਦੇ ਆ। ਕਈ ਵਾਰੀ ਬੰਦਾ ਪ੍ਰੇਮ ਦੀ ਭਾਸ਼ਾ ਦਾ ਹੀ ਭੁੱਖਾ ਹੁੰਦਾ, ਪਰ ਸਾਡਾ ਇੱਕ ਸੁਭਾਅ ਵਾ, ਅਸੀਂ ਕੜੰਮ ਚੌਧਰੀ ਬਣੇ ਹੁੰਦੇ ਹਾਂ, ਲੈ ਇਹਦੇ ਲਾਗੇ ਨਾ ਖਲੋਈ। ਅੱਛਾ, ਕੰਮ ਲੈਣਾ ਹੋਵੇ ਤੇ ਬਾਕੀ ਸਾਰੇ ਹੀ ਚੰਗੇ ਆ। ਆ ਮੈਂ ਬਹੁਤੇ ਗੁਰਦੁਆਰਿਆਂ 'ਚ ਵੇਖਿਆ, ਬਹੁਤੇ ਪ੍ਰਬੰਧਾਂ 'ਚ ਜਾ ਕੇ ਵੇਖਿਆ ਕਿ ਨੌਜਵਾਨ ਮੁੰਡੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਜਾਂ ਕੇਸ ਨਹੀਂ ਰੱਖੇ, ਜਦੋਂ ਤੇ ਉਹਨਾਂ ਕੋਲ ਲੈਣੀਆਂ ਗਰਾਈਆਂ, ਪਾ 5500, ਪਾ 11000, ਪਾ 31000 ਉਹਨੇ ਦੇ ਦਿੱਤੇ, ਤੇ ਜਿਹਨੇ ਆਖਿਆ ਵੀ ਮੇਰੀ ਵੀ ਕੋਈ ਸਲਾਹ ਲਓ, ਤੈਨੂੰ ਬੜਾ ਪਤਾ ਘੋਣ ਮੋਣ ਜਾ ਮੂੰਹ ਸਾਂਭ ਜਾ ਕੇ। ਆਹ ਚੀਜ਼ ਨਹੀਂ ਵੇਖੋ, ਕਿਸੇ ਨਾਲ ਪਿਆਰ ਦੀ ਭਾਸ਼ਾ ਬੋਲੋਗੇ, ਪਤਾ ਨਹੀਂ ਉਹ ਤੁਹਾਡੇ ਨੇੜੇ ਲੱਗਣ ਹੀ ਵਾਲਾ ਹੋਵੇ, ਤੁਹਾਡਾ ਇੱਕ ਭੈੜਾ ਸ਼ਬਦ ਅਗਲੇ ਨੂੰ ਤੋੜ ਕੇ ਰੱਖ ਦੇਵੇ। ਕੁਰਖਤ ਨਾ ਬੋਲੋ। ਜਿਨ੍ਹਾਂ ਨੂੰ ਮਹਾਰਾਜ ਨੇ ਸਮਤ ਦਿੱਤੀ ਆ, ਅਕਲ ਦਿੱਤੀ ਆ, ਉਹ ਦੂਜਿਆਂ ਦੀ ਬਾਂਹ ਫੜਨ ਦੀ ਕੋਸ਼ਿਸ਼ ਕਰੋ, ਇਹ ਵੀ ਤੁਹਾਡੇ ਆ। ਜੇ ਸਿਸਟਮ ਨੇ, ਹਾਲਾਤਾਂ ਨੇ ਇਹਨਾਂ ਨੂੰ ਮਾਰ ਮਾਰੀ ਆ, ਤੁਸੀਂ ਇਹਨਾਂ ਦੇ ਸਾਹਮਣੇ ਇਹਨਾਂ ਦੀਆਂ ਗੱਲਾਂ ਕਰਦੇ, ਜੇ ਤੁਸੀਂ ਚੰਗੇ ਵਧੀਆ ਕਰੈਕਟਰ ਵਾਲੇ ਜਿਨ੍ਹਾਂ ਨੇ ਨਸ਼ੇ ਛੱਡੇ, ਸੁਖ ਜੌਲ ਵਰਗੇ ਦੀਆਂ ਗੱਲਾਂ ਕਰਿਆ ਕਰੋ, ਗੱਲਾਂ ਕਰਨੀਆਂ ਤੇ ਪਿੰਕੇ ਜਿਰਗ ਵਾਲੇ ਦੀਆਂ ਗੱਲਾਂ ਕਰਿਆ ਕਰੋ। ਤੁਹਾਡੇ ਲਾਗੇ ਹੀ ਆ ਜੱਸਾ ਪੱਟੀ, ਉਸ ਬੰਦੇ ਦੀ ਗੱਲ ਕਰ ਲਿਆ ਕਰੋ। ਉਸ ਬੰਦੇ ਨੂੰ ਮੈਂ ਕਈ ਵਾਰੀ ਸਟੇਜਾਂ ਤੇ ਬੋਲਿਆ, ਸਿਰ ਝੁਕਦਾ ਭਾਈ। ਲੋਕੀ ਬਾਹਰ ਜਾ ਕੇ ਤਰਸਦੇ ਆ ਖੇਡਣ ਵਾਸਤੇ, ਜੱਸਾ ਪੱਟੀ ਬਾਹਰ ਖੇਡਣ ਗਿਆ, ਰੈਫਰੀ ਨੇ ਰੋਕ ਦਿੱਤਾ, ਕਹਿੰਦਾ ਪਟਕਾ ਲਾ ਕੇ ਤੇ ਗੁੱਤ ਕਰਕੇ ਆ। ਤੇ ਜੇ ਹੁੰਦਾ ਸਾਡੇ ਅਰਗਾ ਨਿਆਣਾ ਮੁੜ ਕੇ ਪਤਾ ਨਹੀਂ ਬਾਹਰ ਆਇਆ ਜਾਣਾ ਕਿ ਨਹੀਂ ਆਇਆ ਜਾਣਾ, ਉਹਨਾਂ ਨਾਲ ਗੁੱਤ ਕੀ ਕਰਨੀ, ਕਟਵਾਉਣੇ ਤੇ ਕਟਵਾ ਵੀ ਦੇ, ਸਾਡੇ ਅਰਗਾ ਭਾਵੇਂ ਕਟਾ ਵੀ ਦਿੰਦੇ, ਪਰ ਉਹ ਮਰਦ ਆਪਣੇ ਪੈਰ ਤੜਿਆ ਰਿਹਾ। ਉਹ ਕਹਿੰਦਾ ਨਾ ਖੇਡਣਾ ਮਨਜ਼ੂਰ ਆ, ਪਰ ਜੂੜੇ ਨੂੰ ਗੁੱਤ ਦੇ ਵਿੱਚ ਨਹੀਂ ਬਦਲਣਾ। ਬੰਦਿਆਂ ਦੇ ਨਿਯਮ ਹੁੰਦੇ ਆ ਭਾਈ, ਬੰਦਿਆਂ ਦੇ ਅਸੂਲ ਹੁੰਦੇ ਆ, ਤੁਹਾਡਾ ਗਵਾਂਢੀ ਆ ਨਾ।
ਪਰ ਚੰਗੇ ਲੋਕਾਂ ਦੀ ਗੱਲ ਘੱਟ ਕਰਦੇ ਹਾਂ ਅਸੀਂ ਆਪਣੇ ਮਾੜੇ ਪੁਆਇੰਟ ਲੋਕਾਂ ਨੂੰ ਜ਼ਿਆਦਾ ਦੱਸੀ ਜਾਂ ਸਾਡੇ ਚ ਆ ਵੀ ਕਮੀਆਂ ਕਮੀਆਂ ਨਾ ਖੂਬੀਆਂ ਦੱਸਿਆ ਕਰੋ ਅਸੀਂ ਜਿੱਥੇ ਅੱਜ ਦੇ ਲੀਡਰਾਂ ਦੀ ਗੱਲ ਕਰਦੇ ਹਾਂ ਬਾਦਲ ਹੁਣੀ ਆਹ ਖਾ ਗਏ ਕੈਪਟਨ ਹੁਣੀ ਆਹ ਖਾ ਗਏ ਭਗਵੰਤ ਮਾਨ ਆਹ ਖਾ ਗਿਆ ਉਹ ਖਾਣ ਵਾਲਿਆਂ ਦੀ ਗੱਲ ਬਾਅਦ ਚ ਕਰਿਆ ਕਰੋ ਲੋਕਾਂ ਨੂੰ ਇਹ ਦੱਸਿਆ ਕਰੋ ਮਹਾਰਾਜਾ ਰਣਜੀਤ ਸਿੰਘ ਨੇ ਕੋਹੇ ਨੂਰ ਹੀਰਾ ਡੌਲੇ ਤੇ ਬੰਨ ਛੱਡਿਆ ਮਰਦ ਨੇ ਬੰਦੇ ਚੰਗਿਆਂ ਦੀ ਗੱਲ ਕਰਿਆ ਕਰੋ ਨਕੰਮਿਆਂ ਦੀ ਜ਼ਰੂਰੀ ਨਿਆਣਿਆਂ 'ਚ ਬਹਿ ਬਹਿ ਕੇ ਕਰਨੀ ਹੈ ਚੜ੍ਹਦੀ ਕਲਾਲੇ ਬੰਦਿਆਂ ਦੀ ਗੱਲ ਅਸੀਂ ਪਿੰਡ 'ਚ ਗੱਲ ਪਤਾ ਕਿਹਦੀ ਕਰਨੀ ਹੁੰਦੀ ਆ ਜਿਹੜਾ ਸਭ ਤੋਂ ਨਖੇ ਧੋਵੇ ਲੈ ਉਹਨੇ ਵੀ ਲਾ ਤਾਈ ਸ੍ਰੀ ਸਾਹਿਬ ਉਹ ਵੀ ਪੀਣ ਲੱਗ ਪਿਆ ਜੀ ਤੁਸੀਂ ਉਹਦੀ ਤੇ ਗੱਲ ਕਰ ਦਿੱਤੀ ਤੁਹਾਨੂੰ ਭਾਈ ਤਾਰੂ ਸਿੰਘ ਨੀ ਦੱਸਿਆ ਜਿਹਨੇ ਖੇਸਾਂ ਦੇ ਖਾਤਰ ਆਪਣਾ ਖੋਪਰ ਲਵਾ ਲਿਆ ਤੁਹਾਨੂੰ ਭਾਈ ਮਣੀ ਸਿੰਘ ਨਾ ਦੱਸਿਆ ਜਿਹਨੇ ਬੰਦ ਬੰਦ ਕਟਾ ਲਿਆ ਸੀ ਤੁਹਾਨੂੰ ਭਾਈ ਦਿਆਲਾ ਨਾ ਦੱਸਿਆ ਉਬਲ ਦੀ ਦੇਗ 'ਚ ਜਿਹੜਾ ਬਹਿ ਗਿਆ ਸੀ ਜਾਣੀ ਕਿ ਗਲਤ ਗੱਲਾਂ ਨੂੰ ਅਸੀਂ ਆਪ ਅੱਗੇ ਲੈ ਕੇ ਆਉਂਦੇ ਹਾਂ ਜਿਹੜਾ ਸਾਡਾ ਕੋਈ ਚੰਗਾ ਕਰਦਾ ਵਾ ਅਸੀਂ ਉਹਦੇ 'ਤੇ ਆਪੇ ਮਿੱਟੀ ਪਾਈ ਤੁਰੇ ਜਾਂਦੇ ਤਾਂ ਸਾਡਾ ਭਲਾ ਹੋਊ ਕਿੱਥੇ